माँ बंगलामुखी धाम गुलमोहर सिरी नजदीक लंबा पिंड चौक जालंधर में माँ बंगलामुखी जी के निमित्त श्रृंखलाबद्ध साप्ताहिक दिव्य हवन यज्ञ का आयोजन किया गया। सर्वप्रथम ब्रह्मणु द्वारा मुख्य यजमान गुरप्रीत कौर से पंचोपचार पूजन, षोडशोपचार पूजन, नवग्रह पूजन उपरांत सह परिवार हवन यज्ञ में आहूतियां डलवाएंगी। तो वही हवन यज्ञ में आए हुए भक्तजनों से अपनी बात कहते हुए माँ बंगलामुखी धाम के सेवादार नवजीत भारद्वाज ने कहा कि सुबह उठते ही जो बोएगा फल भी उसे वही मिलेगा, सोकर उठते ही चिंताओं और क्रोध की लकीरें तुम्हारे माथे पर नहीं आनी चाहिए। उठते ही प्रभु परमात्मा की दिव्य ऊर्जा को स्पर्श करने का प्रयास करो, फिर देखो आपका दिन कितने आनंद के साथ व्यतीत होगा। इस दौरान 28 जुलाई को होने वाले सिद्ध माँ बंगलामुखी धाम में 56 भोग के बारे में नवजीत भारद्वाज ने उपस्थित भक्तजनों को सस्नेह निमंत्रण भी दिया। इस अवसर पर पूनम प्रभाकर, सरोज बाला, प्रीति, मंजू, प्रिया, रजनी, पार्थ, सोनिया, नरेश, अमरजीत सिंह, राकेश प्रभाकर, विवेक अग्रवाल, समीर कपूर, अमरिंदर कुमार शर्मा, बाबा हलचल, सुनील जकी, नवीन कुमार, निर्मल, दीपक, प्रिंस कुमार, बलदीप सिंह सहित भारी संख्या में भक्तजन उपस्थित रहे। वहीं हवन यज्ञ उपरांत विशाल लंगर भंडारे का आयोजन भी किया गया। जालंधर से हलचल के लिए कैमरामैन सुरेंद्र बाबा की रिपोर्ट। ਔਰ ਧਿਆਨ ਇਹੀ ਕਰੋ ਕਿ ਜਗਦੰਬਾ ਤੇਰੀ ਬੜੀ ਰਹਿਮਤ ਹੈ, ਅੱਜ ਦਾ ਦਿਨ ਚੜ੍ਹਿਆ ਔਰ ਬੜੀ ਕਿਰਪਾ ਵਾਲਾ ਹੋਵੇ ਔਰ ਆਪ ਜੀ ਦਾ ਮਿਹਰ ਕਰਿਆ ਆਸ਼ੀਰਵਾਦ ਮਿਲੇ। ਕਿਉਂਕਿ ਮੈਂ ਇਸ ਤਰ੍ਹਾਂ ਅੱਗੇ ਵੀ ਕਹਿੰਦਾ ਵੀ ਜਗਤ ਅਭਿਆਸ ਦੇ ਜਨਮਤੀ ਬਹੁਤ ਸੁਜਾਨ ਰਸਰੀ ਆਵਤ ਜਾਤ ਦੇ ਸਿਪਰ ਪਰਸਾਨ। ਕਈ ਲੋਕ ਇੱਦਾਂ ਦੇ ਜਿਹਨਾਂ ਨੇ ਕਦੇ ਮੰਤਰ ਨਹੀਂ ਬੋਲੇ, ਨਹੀਂ ਪੜ੍ਹੇ, ਨਹੀਂ ਪਤਾ ਹੈਗਾ, ਪਰ ਅੱਜ ਮੰਤਰ ਉਚਾਰਨ ਕਰ ਰਹੇ ਆ। ਕਾਰਨ 100-100-200 ਵਾਰ ਹਵਨ ਯੱਗੇ ਅਟੈਂਡ ਹੋ ਗਿਆ, ਸਾਰੇ ਮੰਤਰ ਕੰਠਸਥ ਹੋ ਗਏ। ਜ਼ਰੂਰੀ ਪੜ੍ਹ ਕੇ ਨਹੀਂ ਹੁੰਦਾ, ਪੜ੍ਹ ਕੇ ਵੀ ਹੋ ਜਾਂਦਾ ਕਈ ਵਾਰ। ਸੋ ਸਾਰਿਆਂ ਨੂੰ ਉਦਾਰ ਕਹਿੰਦੇ ਮਨ ਤੋਂ ਨਿਕਲੇ ਹੋਏ ਵਿਚਾਰ ਕਿ 28 ਤਰੀਕ ਦਿਨ ਐਤਵਾਰ ਸਵੇਰੇ ਸਾਰਿਆਂ ਨੇ ਪਹਿਲਾਂ ਹਵਨ ਯੱਗੇ 9 ਤੋਂ 11 ਉਹਦੇ ਵਿੱਚ ਸੰਮਿਲਿਤ ਹੋਣਾ ਔਰ ਜਿਨ੍ਹਾਂ ਨੇ ਵੀ 56 ਭੋਗ ਲੈ ਕੇ ਆਏ ਆ ਉਹ 10:30 ਤੱਕ ਮੰਦਰ ਪਰਿਸਰ 'ਚ ਪਹੁੰਚੋ ਤਾਂ ਜੋ ਸੰਯੋਜਿਤ ਢੰਗ ਦੇ ਨਾਲ ਮਹਾਮਾਈ ਦੇ ਅੱਗੇ, ਕਿਉਂਕਿ ਸਭ ਤੋਂ ਜ਼ਿਆਦਾ ਪਹਿਲਾਂ ਖਾਣ ਤੋਂ ਵੀ ਪ੍ਰੈਜੈਂਟੇਸ਼ਨ ਜਿਹੜੀ ਚੀਜ਼ ਦੇਖਣ ਨੂੰ ਅੱਛੀ ਲੱਗਦੀ ਹੈ, ਖਾਣ ਨੂੰ ਬਹੁਤ ਵਧੀਆ ਮਿਲਦੀ ਹੈ। ਅਤੇ ਜੇ ਅਸੀਂ ਆਪਣੀ ਮਾਂ ਨੂੰ ਭੋਗ ਲਗਾਉਣੇ ਆ ਅਤੇ ਉਹ ਸੁਨਿਯੋਜਿਤ ਢੰਗ ਦੇ ਨਾਲ ਲਗਾਉਣੇ ਆ ਤਾਂ ਜੋ ਸਾਡੀ ਮਾਂ ਪ੍ਰਸੰਨ ਹੋਵੇ। ਔਰ ਜਿਹੜੇ ਹਰ ਸਾਲ ਅਸੀਂ ਸਾਵਨ ਮਹੀਨੇ 'ਚ ਜੁਲਾਈ ਦੇ ਲਾਸਟ ਹੁੰਦੇ ਨੂੰ 56 ਭੋਗ ਲਗਾਉਂਦੇ ਹਾਂ, ਮਾਂ ਸਵੀਕਾਰ ਕਰਨ ਨੂੰ ਔਰ ਸਾਡੇ ਜਿਹੜੇ ਮਨਾਂ ਦੇ ਭਾਵ ਹੈ ਉਹ ਮਾਂ ਜਾਣਦੀ ਹੈ ਔਰ ਆਪਣੀ ਕਿਰਪਾ ਦ੍ਰਿਸ਼ਟੀ ਕਰੇ। ਜਿਨ੍ਹਾਂ ਨੇ ਹਜੇ ਤੱਕ ਕੁਛ ਨਹੀਂ ਦਿਖਾਇਆ, ਜੋ ਉਹਨਾਂ ਦਾ ਮਨ ਦਾ ਭਾਵ ਹੋਵੇ ਉਹ ਵਸਤੂ ਲੈ ਕੇ ਆ ਸਕਦੇ ਆ। ਉਹ ਨਮਕੀਨ ਹੋ ਸਕਦੀ, ਉਹ ਮਿੱਠੀ ਹੋ ਸਕਦੀ, ਉਹ ਕੜਵੀ ਹੋ ਸਕਦੀ ਹੈ, ਉਹ ਪੀਣ ਵਾਲੀ ਹੋ ਸਕਦੀ ਹੈ, ਉਹ ਖਾਣ ਵਾਲੀ ਹੋ ਸਕਦੀ ਹੈ, ਉਹ ਘਰੋਂ ਬਣਾਈ ਹੋ ਸਕਦੀ ਹੈ, ਉਹ ਬਾਹਰੋਂ ਲਿਆਈ ਹੋ ਸਕਦੀ ਹੈ। ਸੋ ਇਹ ਸਾਡੇ ਮਨ ਦਾ ਭਾਵ ਹੈ ਕਿ ਆਪ ਜੀ ਨੇ ਉਸ ਦਿਨ ਹਾਜ਼ਰੀ ਆਪਣੀ ਜ਼ਰੂਰ ਲਵਾਉਣੀ ਹੈ। ਮਹਾਮਾਈ ਦੇ ਦਰਬਾਰ 'ਤੇ ਭਜਨ ਕੀਰਤਨ ਵੀ ਹੋਣਗੇ ਔਰ ਰਾਸ ਲੀਲਾ ਵੀ ਹੋਏਗੀ। ਸਮੇਂ ਉਹਨਾਂ ਨੂੰ ਸ਼ਾਰਟ ਹੈ ਪਰ ਕਾਰਿਆਕ੍ਰਮ ਸਾਰੇ ਹੈ, ਉਹ ਮਾਂ ਦੀ ਉਹਨਾਂ ਦੀ ਆਗਿਆ ਹੋਏਗੀ। ਅਸੀਂ ਨਾਲ ਦੇ ਨਾਲ ਕਮਿਊਨੀਕੇਟ ਗਰੁੱਪ ਦੇ ਵਿੱਚ ਵੀ ਕਰਦੇ ਹਾਂ, ਆਈਦਰ ਮੈਸੇਜ ਦੇ ਵਿੱਚ ਵੀ ਕਰਦੇ ਹਾਂ।
ਕਿਸੇ ਨੂੰ ਮੈਸੇਜ ਨਾ ਲਾਵੇ, ਉਹ ਵੀ ਆਪਣਾ ਨੰਬਰ ਲਿਖਵਾ ਸਕਦਾ, ਕਿਸੇ ਨੇ ਗਰੁੱਪ 'ਚ ਸ਼ਾਮਿਲ ਹੋਣਾ ਹੋਵੇ, ਉਹ ਵੀ ਸੇਵਾਦਾਰ ਸਾਡੇ ਨਾਲ ਮਿਲ ਕੇ ਉਹ ਗਰੁੱਪ 'ਚ ਸ਼ਾਮਿਲ ਹੋ ਸਕਦਾ।